ਪੁਲਿਸ ਵੱਲੋਂ ਪਿੰਡ ਰਾਮਗੜ੍ਹ ਦਾਉਂ ਵਿਖੇ ਹੋਏ ਕਤਲ ਮਾਮਲੇ ਦੇ ਦੋਸ਼ੀ ਕਾਬੂ। ਖਰੜ ਪੁਲਿਸ ਨੇ ਬੀਤੀ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਮਗੜ੍ਹ ਦਾਉਂ ਵਿਖੇ ਅਣਪਛਾਤੀ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਗਲਾ ਘੁੱਟ ਕੇ ਮਾਰੀ ਮਹਿਲਾ ਕਮਲੇਸ਼ ਕੁਮਾਰੀ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ DSP ਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਵਿਕਾਸ ਪਾਂਡੇ ਅਤੇ ਰਵੀ ਕੁਮਾਰ ਨਾਮ ਦੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਉਹਨਾਂ ਦੱਸਿਆ ਕਿ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਮਗੜ੍ਹ ਦਾਉਂ ਵਿਖੇ ਅਣਪਛਾਤੀ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਇੱਕ ਮਹਿਲਾ ਕਮਲੇਸ਼ ਕੁਮਾਰੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਸੀ। ਇਸ ਮੌਕੇ ਘਰ ਵਿੱਚੋਂ ਮੋਬਾਈਲ ਫੋਨ ਤੇ 2500 ਰੁਪਏ ਵੀ ਚੋਰੀ ਹੋਏ ਸਨ। ਪੁਲਿਸ ਨੇ ਇਸ ਸੰਬੰਧੀ ਬਲੌਂਗੀ ਥਾਣੇ ਵਿੱਚ ਮਾਮਲਾ ਦਰਜ ਕਰਕੇ ਰਜਿੰਦਰ ਸ਼ਰਮਾ ਤੇ ਅਮਰ ਸ਼ਰਮਾ ਵਸਨੀਕ ਬਨਕਟ ਜ਼ਿਲ੍ਹਾ ਬੇਤੀਆ ਬਿਹਾਰ ਨੂੰ 24 ਫਰਵਰੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਚੋਰੀ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ ਸੀ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਵਿਅਕਤੀਆਂ ਨੂੰ ਪੁਲਿਸ ਵੱਲੋਂ 26 ਫਰਵਰੀ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਸੀ। ਰਿਮਾਂਡ ਦੌਰਾਨ ਅਮਰ ਸ਼ਰਮਾ ਨੇ ਦੱਸਿਆ ਕਿ ਇਹ ਮੋਬਾਈਲ ਉਸਨੂੰ ਵਿਕਾਸ ਪਾਂਡੇ ਅਤੇ ਰਵੀ ਕੁਮਾਰ ਨੇ ਦਿੱਤਾ ਸੀ, ਜਿਸ ਤੇ ਪੁਲਿਸ ਨੇ ਵਿਕਾਸ ਪਾਂਡੇ ਤੇ ਰਵੀ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। 15-9 ਨੂੰ 2019 ਨੂੰ ਇੱਕ ਰਾਮਗੜ੍ਹ ਦਾਉਂ ਵਿੱਚ ਇੱਕ ਜਿਹੜਾ ਇੱਕ ਕਮਲੇਸ਼ ਕੁਮਾਰੀ ਇੱਕ ਲੇਡੀ ਦਾ ਮਰਡਰ ਹੋਇਆ ਸੀ ਤੇ ਉਹਦੇ ਵਿੱਚ ਬਲਾਈਂਡ ਮਰਡਰ ਸੀ ਇਹ ਤੇ 4 ਕੁ ਬੰਦੇ ਸੀਗੇ ਉਹ ਇਹਨੂੰ ਮਤਲਬ ਲੁੱਟੋ ਦੀ ਨੀਂਦ ਨਾਲ ਇਹਦੇ ਘਰ ਆਏ ਤੇ ਸ਼ੀਸ਼ਾ ਤੋੜ ਕੇ ਅੰਦਰ ਐਂਟਰ ਕਰਕੇ ਉਹ ਇਹਨੂੰ ਗਲਾ ਦਬਾ ਕੇ ਮਾਰ ਕੇ ਭੱਜ ਗਏ ਅਤੇ ਉਸੇ ਟਾਈਮ ਤੋਂ ਇਹ ਸਾਡੀ ਜਿਹੜੀ ਹੈ ਪੁਲਿਸ ਇਹਨਾਂ ਦੇ ਪੈਰ ਨੱਪਦੀ ਸੀ ਅਤੇ ਸ਼੍ਰੀ ਕੁਲਦੀਪ ਸਿੰਘ ਚਾਹਲ IPS SSP SSA ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼੍ਰੀ ਹਰਵੀਰ ਸਿੰਘ ਅਟਵਾਲ SP BOI ਮੋਹਾਲੀ ਇਹਨਾਂ ਦੇ ਅਗਵਾਈ ਥੱਲੇ ਇੱਕ ਜਿਹੜੀ ਇੱਕ ਪੁਲਿਸ ਪਾਰਟੀ ਜਿਹੜੀ ਹੈ ਸ਼੍ਰੀ ਪਰਵਿੰਦਰ ਸਿੰਘ DSP ਅਤੇ ਮੇਰੇ ਅਧੀਨ ਜਿਹੜੀ ਹੈ ਮੇਰੀ ਅਗਵਾਈ ਥੱਲੇ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਜਿਹਦੇ ਵਿੱਚ SHO ਸਾਹਿਬ ਅਤੇ ਰਜਨੀਸ਼ ਚੌਧਰੀ ਜੀ ਇੰਸਪੈਕਟਰ ਸਾਹਿਬ ਜਿਹੜੀ ਇਹਨਾਂ ਦੀ ਅਗਵਾਈ ਥੱਲੇ ਜਿਹੜੀ ਹੈ ਦੋ ਟੀਮਾਂ ਜਿਹੜੀਆਂ ਬਿਹਾਰ ਭੇਜੀਆਂ ਗਈਆਂ ਸੀ ਉੱਥੋਂ ਇਹ ਜਿਹੜੇ ਦੋ ਐਕਿਊਜ਼ਡ ਹੈ ਜਿਹੜਾ ਇੱਕ ਮੋਬਾਈਲ ਲੈ ਕੇ ਸੀ ਚੁੱਕ ਕੇ ਇੱਥੋਂ ਜਿਸ ਦਿਨ ਮਰਡਰ ਹੋਇਆ ਸੀ ਇਹ ਕੋਈ 2500 ਰੁਪਇਆ ਲੁੱਟ ਕੇ ਲੈ ਗਏ ਸੀ ਅਤੇ ਇੱਕ ਇਹ ਮੋਬਾਈਲ ਲੈ ਗਏ ਸੀ ਉਹ ਮੋਬਾਈਲ ਦੇ ਰਾਹੀਂ ਇਹਨਾਂ ਨੂੰ ਟਰੇਸ ਕੀਤਾ ਗਿਆ ਅਤੇ ਇੱਕ ਅਮਰ ਅਤੇ ਇੱਕ ਰਜਿੰਦਰ ਇਹਨੂੰ ਬਿਹਾਰ ਤੋਂ ਅਰੈਸਟ ਕਰਕੇ ਲਿਆਏ ਆ ਇਹ ਪੁਲਿਸ ਪਾਰਟੀ ਅਤੇ ਇਹਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ 'ਤੇ ਪੁੱਛਗਿੱਛ ਤੋਂ ਬਾਅਦ ਇੱਕ ਵਿਕਾਸ ਅਤੇ ਰਵੀ ਨੂੰ ਅਰੈਸਟ ਕੀਤਾ ਅਤੇ ਉਹ ਇਹ ਪੁੱਛਗਿੱਛ ਦੌਰਾਨ ਮੰਨ ਗਏ ਕਿ ਅਸੀਂ ਇੱਕ ਉਹਦਾ ਕਮਲੇਸ਼ ਕੁਮਾਰੀ ਦੇ ਘਰ ਦਾ ਸ਼ੀਸ਼ਾ ਤੋੜ ਕੇ ਜਿਹੜੇ ਅਸੀਂ ਐਂਟਰ ਹੋਏ ਹੈ ਅਤੇ ਇਹਨਾਂ ਨੇ ਉਹ ਜਿਹੜਾ ਆਪਣਾ ਗਨਾਹ ਜਿਹੜਾ ਮੰਨ ਲਿਆ ਵੀ ਅਸੀਂ ਮਾਰੀਏ ਮਾਰਨ ਦੀ ਵਜ੍ਹਾ ਦੇਖੋ ਇਹ ਇੱਕ ਲੁੱਟ ਖੋਹ ਨੂੰ ਇਹਨਾਂ ਨੇ ਅੰਜਾਮ ਦਿੱਤਾ ਹੈਗਾ ਇਹ ਅਤੇ ਉਹ ਕੁਦਰਤੀ ਪਛਾਣਦੀ ਸੀ ਇਹਨਾਂ ਨੂੰ ਇਹ ਭਈਏ ਉੱਥੇ ਨੇੜੇ ਕਿਸੇ ਮੋਟਰ 'ਤੇ ਰਹਿੰਦੇ ਸੀ ਇਹ ਕਮਲੇਸ਼ ਕੁਮਾਰੀ ਇਹਨਾਂ ਨੂੰ ਜਾਣਦੀ ਸੀ ਕਿਉਂਕਿ ਇਹ ਪੇਂਟਰ ਦਾ ਕੰਮ ਕਰਦੇ ਸੀ ਇਹ ਆਮ ਉੱਥੇ ਜਾਂਦੇ ਆਉਂਦੇ ਸੀ ਇਸ ਕਰਕੇ ਉਹਨਾਂ ਨੇ ਸੋਚਿਆ ਵੀ ਅਸੀਂ ਇਹ ਜਿਹੜਾ ਸਬੂਤ ਇਹ ਖਤਮ ਕਰ ਦਈਏ ਇਸ ਕਰਕੇ ਉਹਨਾਂ ਨੇ ਇਹਨੂੰ ਮਾਰਿਆ। ਉਹਨਾਂ ਦੱਸਿਆ ਕਿ ਪੁਲਿਸ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਰਵੀ ਕੁਮਾਰ ਤੇ ਵਿਕਾਸ ਪਾਂਡੇ 15-16 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਮਗੜ੍ਹ ਦਾਉਂ ਵਿਖੇ ਘਰ ਵਿੱਚ ਲੁੱਟਖੋ ਕਰਨ ਦੇ ਇਰਾਦੇ ਨਾਲ ਖਿੜਕੀ ਤੋੜ ਕੇ ਘਰ ਵਿੱਚ ਦਾਖਲ ਹੋਏ ਸਨ। ਘਰ ਵਿੱਚ ਸੁੱਤੀ ਪਈ ਕਮਲੇਸ਼ ਕੁਮਾਰੀ ਦੀ ਅਚਾਨਕ ਅੱਖ ਖੁੱਲ੍ਹ ਜਾਣ ਅਤੇ ਉਸਨੇ ਵਿਕਾਸ ਪਾਂਡੇ ਨੂੰ ਪਹਿਚਾਣ ਲਿਆ। ਫੜੇ ਜਾਣ ਦੇ ਡਰ ਕਾਰਨ ਰਵੀ ਕੁਮਾਰ ਤੇ ਵਿਕਾਸ ਪਾਂਡੇ ਨੇ ਕਮਲੇਸ਼ ਕੁਮਾਰੀ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਸਰ ਜੀ ਹਮ ਲੋਕ ਦਾਰੂ ਪੀਏ ਖਾਏ ਮਾਤਾ ਜੀ ਕੋ ਪਹਿਲੇ ਹਮ ਲੋਕ ਬਿਸਕੁਟ ਵੀ ਖਿਲਾਏ ਹੈ ਮੈਂ ਮਾਤਾ ਜੀ ਕੋ ਮੈਂ ਮਾਨਤਾ ਹੂੰ ਮੇਰੇ ਸੇ ਗਲਤੀ ਹੋ ਗਈ ਦਾਰੂ ਪੀਨੇ ਮੇਂ ਗਲਤੀ ਹੋ ਗਈ ਮੈਂ ਔਰ ਹਮ ਦੋ ਸਾਰੇ ਇਕੱਠੇ ਦਾਰੂ ਪੀਏ ਮਗਰ ਹਮੇਂ ਜਾਣਾ ਥਾ ਕਹੀਂ ਔਰ ਪਤਾ ਨਹੀਂ ਕਿਆ ਹੋ ਗਿਆ ਉਧਰ ਹਮ ਲੋਕ ਚਲੇ ਗਏ ਆਈ ਸਭ ਇੱਕ ਅੰਦਰ ਚੋਰੀ ਕਰਨੇ ਗਏ
फिर चोरी माता जी ने पहचान लिया, फिर मर्डर हो गया। अच्छा, दारू वो माता जी को मैंने बिस्किट भी दिया है, अपने मोबाइल से उनकी लड़की से बात भी कराया है, ब्रेड भी दिया है, सब कुछ किया है, मगर पता नहीं इतना बड़ा पाप कैसे हो गया हमारे से। गलती मानते हो कि नहीं? गलती मानते हैं जिंदगी में, बाकी इसका कुछ नहीं बोलते। खरड़ तो शमिंदर सिंह की रिपोर्ट।